ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਵਿਖੇ ਹੋਣ ਜਾ ਰਹੀ ਜਿਮਣੀ ਚੋਣ ਨੂੰ ਲੈ ਕੇ ਵਾਰਡ ਨੰਬਰ 4 ਗ੍ਰੀਨ ਪਾਰਕ ਵਿਖੇ ਕੌਂਸਲਰ ਦਰਸ਼ਨ ਲਾਲ ਧਰਮਸ਼ੋਤ ਅਤੇ ਵਾਰਡ ਨੰਬਰ 23 ਅਧੀਨ ਆਉਂਦੇ ਮਹੱਲਾ ਕੌਲਸਰ ਵਿਖੇ ਭਾਗਮਲ ਦੀ ਅਗਵਾਈ ਹੇਠ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਲਵਿੰਦਰ ਸਿੰਘ ਧਾਲੀਵਾਲ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਥੇ ਬੁਲਾਰਿਆਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ, ਉੱਥੇ ਹੀ ਬਲਵਿੰਦਰ ਸਿੰਘ ਧਾਲੀਵਾਲ ਤੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਵਿਕਾਸ ਦੇ ਮੁੱਦੇ ਤੇ ਚੋਣ ਮੈਦਾਨ ਵਿੱਚ ਉਤਰੀ ਹੈ। ਉਹਨਾਂ ਕਿਹਾ ਕਿ ਇਸ ਚੋਣ ਦੌਰਾਨ ਜੋ ਪਿਆਰ ਤੇ ਹੁੰਕਾਰਾ ਵੋਟਰਾਂ ਵੱਲੋਂ ਮਿਲ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਵੋਟਰ ਉਹਨਾਂ ਨੂੰ ਇਸ ਚੋਣ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ। ਉਹਨਾਂ ਸਮੂਹ ਵੋਟਰਾਂ ਨੂੰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਵੜ ਵਾਸੀਆਂ ਨੇ ਵੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਹਨਾਂ ਚੋਣਾਂ ਵਿੱਚ ਆਪਣੀ ਇੱਕ ਇੱਕ ਕੀਮਤੀ ਵੋਟ ਉਹਨਾਂ ਦੇ ਹੱਕ ਵਿੱਚ ਪਾ ਕੇ ਵੱਡੇ ਮਾਰਜਨ ਨਾਲ ਜਿਤਾਉਣਗੇ। ਇਸ ਮੌਕੇ ਤੇ VS ਖਾਨ, ਇਰਫਾਨ, ਪ੍ਰਦੀਪ ਕੰਡਾ, ਨਰਿੰਦਰ ਸਿੰਘ, ਸੁਰਜੀਤ ਸਿੰਘ, ਬੌਬੀ ਬੋਰਾ, ਸੰਜੀਵ ਬੁੱਗਾ, ਸੌਰਭ ਖੁੱਲਰ ਆਦਿ ਹਾਜ਼ਰ ਸਨ। ਅੱਜ ਵਾਰਡ ਨੰਬਰ 4 ਵਿੱਚ ਪ੍ਰੀਤਮ ਨਗਰ ਗ੍ਰੀਨ ਪਾਰਕ ਵਿੱਚ ਮੀਟਿੰਗ ਕਰਾਈ ਗਈ, ਜਿਸ ਵਿੱਚ ਮੇਰੇ ਪਿਆਰੇ ਵੋਟਰ ਸਪੋਟਰਾਂ ਦਾ ਬਹੁਤ ਭਰਮਾ ਹੰਗਾਰਾ ਮਿਲਿਆ, ਜਿਹਦੇ ਵਿੱਚ ਬਹੁਤ ਇਕੱਠ ਲੋਕਾਂ ਨੇ ਦਿਖਾਇਆ। ਲੋਕਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ। ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜਿਹੜਾ ASL ਰਿਟਾਇਰ ਸਾਨੂੰ ਦਿੱਤਾ, DC ਰਿਟਾਇਰ, ਔਰ ਲੋਕਾਂ 'ਚ ਬਹੁਤ ਉਤਸ਼ਾਹ ਆ। ਉਹ ਵੇਟ ਕਰ ਰਹੇ ਆ 21 ਤਰੀਕ ਨੂੰ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਈਏ, ਉਹਨਾਂ ਨੂੰ MLA ਬਣਾਈਏ, ਉਹਨਾਂ ਨੂੰ ਦੇਖੀਏ, ਕਿਉਂਕਿ ਉਹਨਾਂ ਦੇ ਕੰਮ ਕਰਨ ਦੇ ਬਹੁਤ ਵੱਖਰੇ ਤਰੀਕੇ ਨੇ, ਔਰ ਲੋਕ ਉਹਨਾਂ ਨੂੰ ਬਹੁਤ ਚਾਹ ਰਹੇ ਨੇ। ਔਰ ਲੋਕਾਂ 'ਚ ਤੁਸੀਂ ਆਏ ਆ ਆਪਣੇ ਵਾਰਡ ਦੇ ਵਿੱਚ 4 ਨੰਬਰ 'ਤੇ ਕਿਹਾ ਵੀ ਸਰਦਾਰ ਧਾਲੀਵਾਲ ਸਾਹਿਬ ਆ ਰਹੇ ਨੇ, ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਵੀ ਸਰਦਾਰ ਧਾਲੀਵਾਲ ਸਾਹਿਬ ਸਾਡੇ ਏਰੀਏ 'ਚ ਆ ਰਹੇ ਨੇ। ਅੱਜ ਦੇਖੋ ਤੁਹਾਨੂੰ ਇਕੱਠ ਦੱਸ ਹੀ ਰਿਹਾ ਆ। ਮਿੱਤਰੋ, ਫਿਰ ਵੀ ਤੁਹਾਨੂੰ ਬੇਨਤੀ ਕਰਦੇ ਹਾਂ, ਪੰਜਾਬ ਸਰਕਾਰ ਆ, ਕਾਂਗਰਸੀ ਸਰਕਾਰ ਆ, ਸਾਰੇ ਵੋਟਾਂ ਸਪੋਟਰਾਂ ਨੂੰ 21 ਤਰੀਕ ਆਪਣੇ ਘਰੋਂ ਉੱਠ ਕੇ ਵੋਟਾਂ ਪਾਓ, ਵੱਧ ਤੋਂ ਵੱਧ ਭੀੜ 'ਤੇ ਧਾਲੀਵਾਲ ਜਿਤਾਓ। ਧੰਨਵਾਦ, ਜੈ ਹਿੰਦ। ਵਾਰਡ ਨੰਬਰ 23 ਦੇ ਅੰਦਰ ਸਰਦਾਰ ਬਲਵਿੰਦਰ ਸਿੰਘ ਜੀ ਧਾਲੀਵਾਲ ਦੇ ਹੱਕ ਵਿੱਚ ਮੀਟਿੰਗ ਕਰਵਾਈ ਗਈ, ਜੋ ਕਿ ਮਹੱਲਾ ਨਿਵਾਸੀਆਂ ਨੇ ਪੂਰਾ ਵਿਸ਼ਵਾਸ ਦਵਾਇਆ ਕਿ ਅਸੀਂ ਫਗਵਾੜੇ ਦੇ ਵਿੱਚੋਂ ਰਿਕਾਰਡ ਤੋੜ ਲੀਡ ਦੇ ਨਾਲ ਧਾਲੀਵਾਲ ਨੂੰ ਜਿਤਾਵਾਂਗੇ। ਪੰਜਾਬ ਦੇ ਵਿੱਚ ਇੱਦਾਂ ਦਾ ਰਿਕਾਰਡ ਪੈਦਾ ਨਹੀਂ ਹੋਇਆ ਹੋਊਗਾ ਜਿਹੜਾ ਅਸੀਂ ਪਹਿਲੀ ਵਾਰ ਫਗਵਾੜੇ ਦੇ ਵਿੱਚ ਰਿਕਾਰਡ ਤੋੜ ਲੀਡ ਦੇ ਨਾਲ ਜਿਤਾ ਕੇ ਭੇਜਾਂਗੇ। ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।